ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਜੀਤ ਤੇ ਤੁਹਾਡਾ ਸਾਰਿਆਂ ਦਾ ਗੌਸਿਪ ਪਿਟਾਰਾ ਪ੍ਰੋਗਰਾਮ ਵਿੱਚ ਸਵਾਗਤ ਹੈ। ਗੌਸਿਪ ਪਿਟਾਰਾ ਨਾਮ ਸੁਣ ਕੇ ਪਤਾ ਚੱਲ ਰਿਹਾ ਕਿ ਅਸੀਂ ਕਿਸ ਬਾਰੇ ਗੱਲ ਕਰਾਂਗੇ। ਜੀ ਹਾਂ, ਅਸੀਂ ਇੱਥੇ ਗੱਲ ਕਰਾਂਗੇ ਫਿਲਮੀ ਸਿਤਾਰਿਆਂ ਦੀ, ਡਾਇਰੈਕਟਰਸ ਦੀ, ਜੋ ਵੀ ਫਿਲਮ ਇੰਡਸਟਰੀ ਨੂੰ ਲੈ ਕੇ ਕੁਛ ਵੀ ਆਪਣੀ ਅਚੀਵਮੈਂਟਸ ਕਰ ਰਹੇ ਨੇ ਜਾਂ ਕੀ ਉਹਨਾਂ ਦੇ ਅਪਕਮਿੰਗ ਪ੍ਰੋਜੈਕਟਸ ਹੈ, ਉਹਨਾਂ ਬਾਰੇ ਅਸੀਂ ਗੱਲਬਾਤ ਕਰਦੇ ਹਾਂ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਅਕਸਰ ਔਨ ਕੈਮਰਾ ਜਿਹੜੇ ਔਨ ਸਕਰੀਨ ਰਹਿੰਦੇ ਨੇ ਉਹ ਹਮੇਸ਼ਾ ਔਨ ਸਕਰੀਨ ਆ ਕੇ ਇੰਟਰਵਿਊਜ਼ ਦਿੰਦੇ ਨੇ, ਗੱਲਬਾਤ ਕਰਦੇ ਨੇ, ਐਕਟਰ ਹੋਵੇ, ਐਕਟਰੈਸ ਹੋਵੇ, ਕੋਈ ਵੀ ਹੋਵੇ, ਪਰ ਹਮੇਸ਼ਾ ਇੱਕ ਬੈਕ ਦਾ ਸਟੇਜ ਹੁੰਦਾ ਹੈ ਜਿਹੜਾ ਸਾਨੂੰ ਕਮਾਂਡ ਕਰਦਾ ਹੈ ਉਸ ਐਕਟਰ ਨੂੰ ਉਸ ਤਰ੍ਹਾਂ ਦੀ ਐਕਟਿੰਗ ਕਰਨ ਲਈ। ਅਤੇ ਤੁਸੀਂ ਬਖੂਬੀ ਜਾਣਦੇ ਹੋਵੋਗੇ ਕਿ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਡਾਇਰੈਕਟਰ ਦੀ। ਅਤੇ ਇਸ ਵੇਲੇ ਸਾਡੇ ਨਾਲ ਨਿੱਕਾ ਜੈਦਾ 3 ਦੇ ਡਾਇਰੈਕਟਰ ਮਿਸਟਰ ਸਿਮਰਜੀਤ ਸਿੰਘ। ਸਿਮਰਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਹੁਣ ਮੂਵੀ ਰਿਲੀਜ਼ ਹੋਣ ਵਾਲੀ ਹੈ ਉਹਦੇ ਲਈ। ਥੈਂਕ ਯੂ ਵੈਰੀ ਮੱਚ। ਹਾਂਜੀ, ਬੇਸ਼ੱਕ ਅਸੀਂ ਗੱਲ ਕਰਦੇ ਹਾਂ ਡਾਇਰੈਕਸ਼ਨ ਦੀ, ਅਤੇ ਤੁਹਾਡਾ ਜੇ ਅਸੀਂ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਤੁਹਾਡਾ ਸ਼ੁਰੂਆਤ ਜਿਹੜੀ ਹੈ ਫਿਲਮ ਇੰਡਸਟਰੀ, ਬਾਲੀਵੁੱਡ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ ਉੱਥੋਂ ਹੋਈ, ਜਿਵੇਂ ਕਿ ਤੁਸੀਂ ਕਾਫੀ ਮੂਵੀਜ਼ ਨੂੰ ਐਜ਼ ਅਸਿਸਟੈਂਟ ਡਾਇਰੈਕਟਰ ਜਿਹੜਾ ਹੈ ਉੱਥੇ ਕੰਮ ਕੀਤਾ ਹੈ, ਜਿਵੇਂ ਪਿਆਰ ਤੋਂ ਹੋਣਾ ਹੀ ਥਾ, ਅਤੇ ਹੋਰ ਬਲੈਕਮੇਲ, ਅਤੇ ਹੋਰ ਵੀ ਕਾਫੀ ਇਹੋ ਜਿਹੀ ਮੂਵੀਜ਼ ਨੇ, ਅਤੇ ਤੁਹਾਨੂੰ ਇੰਸਪੀਰੇਸ਼ਨ ਕਿੱਥੋਂ ਮਿਲੀ ਕਿ ਤੁਸੀਂ ਡਾਇਰੈਕਸ਼ਨ ਦੇ ਵੱਲ ਹੀ ਜਾਣਾ? ਮੇਰਾ ਸ਼ੌਂਕ ਸੀਗਾ ਸ਼ੁਰੂ ਤੋਂ, ਥੀਏਟਰ ਕਰਦਾ ਜਦੋਂ ਮੈਂ ਸੋਚਿਆ ਯਾਰ ਡਾਇਰੈਕਟਰ ਬਣਨਾ, ਤਾਂ ਉਸ ਚੀਜ਼ ਨੂੰ ਫੋਲੋ ਕਰਦੇ ਮੈਂ ਕਿਹਾ ਇਸ ਚੀਜ਼ ਦਾ ਮੈਨੂੰ ਬੜਾ ਇੰਟਰਸਟਿੰਗ ਜੋਬ ਲੱਗਦੀ ਹੈ, ਉਹਦੀ ਸਟਰਗਲ ਕਰਨ ਵਾਸਤੇ ਫਿਰ ਬੰਬੇ ਜਾ ਕੇ ਸਾਨੂੰ ਕੰਮ ਕਰਨਾ ਪਿਆ। ਹੁਣ ਤਾਂ ਇੱਥੇ ਚੰਡੀਗੜ੍ਹ 'ਚ ਬਹੁਤ ਵੱਡੀ ਇੰਡਸਟਰੀ ਕ੍ਰੀਏਟ ਹੋ ਗਈ, ਉਦੋਂ ਇੱਥੇ ਕੁਛ ਨਹੀਂ ਹੁੰਦਾ ਸੀ। ਮੋਸਟਲੀ ਹੈਡ ਸਾਡੇ ਇੰਡੀਆ ਦਾ ਜਿਹੜਾ ਫਿਲਮੀ ਹੈਡ ਜਿਹੜਾ ਸੀਗਾ ਤਾਂ ਬੰਬੇ ਹੁੰਦਾ ਸੀ, ਅਤੇ ਜਾ ਕੇ ਸਟਰਗਲ ਕਰਨੀ ਪੈਂਦੀ। ਵੈਸੇ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਤੁਸੀਂ ਆਪਣੀ ਜਿਹੜੀ ਪੜ੍ਹਾਈ ਹੈ ਉਹ ਕਾਮਰਸ 'ਚ ਕੀਤੀ ਹੈ, ਅਤੇ ਕਾਮਰਸ ਕਰਨ ਤੋਂ ਬਾਅਦ ਲੋਕ ਸੋਚਦੇ ਆ ਕਿ ਉਹ ਚਾਰਟਰਡ ਅਕਾਊਂਟੈਂਟ ਬਣ ਜਾਣ ਜਾਂ ਫਿਰ ਕੁਛ ਇੱਦਾਂ ਦਾ ਕੁਛ ਅਕਾਊਂਟੈਂਟ ਡਿਪਾਰਟਮੈਂਟ 'ਚੋਂ ਕੁਛ ਉਹ ਕਰ ਲੈਣ, ਹੈ ਨਾ ਕੰਮ, ਅਤੇ ਇਹ ਕਾਮਰਸ ਤੋਂ ਹਟ ਕੇ ਸੀਏ ਬਣਨ ਤੋਂ ਹਟ ਕੇ ਤੁਸੀਂ ਬਿਲਕੁਲ ਡਾਇਰੈਕਸ਼ਨ ਦੇ ਵੱਲ ਆ ਗਏ, ਟਰਨ ਬਿਲਕੁਲ ਇੱਕਦਮ ਡਿਫਰੈਂਟ ਲੈ ਲਿਆ ਆਪਣੀ ਲਾਈਫ 'ਚ। ਬਸ ਉਹ ਹੀ ਹੈ ਕਿ ਤਾਂ ਦੇਖੋ ਐਜੂਕੇਸ਼ਨ ਤਾਂ ਡਿਗਰੀ ਲੈਣ ਵਾਸਤੇ ਕੀਤੀ ਸੀ, ਸ਼ੌਂਕ ਤਾਂ ਪਹਿਲਾਂ ਹੀ ਇਹ ਸੀਗੇ, ਤਾਂ ਉਸ ਟਾਈਮ ਸਾਨੂੰ ਮਤਲਬ ਜਿਹੜੇ ਜਿੱਥੇ ਅਸੀਂ ਰਹਿਣਾ ਜਾਂ ਸਰਕਲ 97 ਦੀ ਗੱਲ ਆ, ਤਾਂ ਇਸ ਚੀਜ਼ ਦਾ ਇੰਨਾ ਇੰਟਰਸਟ ਜਾਂ ਉਸ ਚੀਜ਼ ਬਾਰੇ ਲੋਕਾਂ ਨੂੰ ਜ਼ਿਆਦਾ ਪਤਾ ਨਹੀਂ ਸੀਗਾ, ਅਤੇ ਸਾਨੂੰ ਵੀ ਨਹੀਂ ਪਤਾ ਸੀ ਕਿ ਪੜ੍ਹਾਈ ਹੁੰਦੀ ਹੈ ਜਾਂ ਦਿੱਲੀ 'ਚ ਸਕੂਲ ਹੈ ਜਾਂ ਮਤਲਬ ਬੰਬੇ 'ਚ ਸਕੂਲ ਹੈ, ਤਾਂ ਉਹ ਚੀਜ਼ਾਂ ਇੰਨੇ, ਨਾਲੇ ਉਦੋਂ ਇੰਨੇ ਸਕੂਲ ਹੁੰਦੇ ਵੀ ਨਹੀਂ ਸੀ, ਬਹੁਤ ਘੱਟ ਹੁੰਦੇ ਸੀ, ਪਰ ਉਸ ਤੋਂ ਜਿਹੜਾ ਅਸੀਂ ਰਸਤਾ ਲੱਭਿਆ ਤਾਂ ਇਹ ਸੁਣੇ ਸੁਣਾ ਕੇ ਪਤਾ ਲੱਗਿਆ ਕਿ ਜਿਹੜਾ ਤੁਸੀਂ ਆਪਣੀ ਲਾਈਨ ਚੂਜ਼ ਕਰਨੀ ਹੈ ਤਾਂ ਇੰਡਸਟਰੀ ਜਾ ਕੇ ਤੁਸੀਂ ਆਪਣੀ ਕਰ ਸਕਦੇ, ਤਾਂ ਉਸੇ ਚੀਜ਼ ਨੂੰ ਫੋਲੋ ਕਰਦੇ ਕਰਦੇ ਅਸਿਸਟੈਂਟ ਡਾਇਰੈਕਟਰ ਦੇ ਵਕਤ ਅੱਗੇ ਡਾਇਰੈਕਸ਼ਨ ਵੱਲ ਚੱਲ ਪਏ। ਠੀਕ ਹੈ, ਵੈਸੇ ਕਹਿੰਦੇ ਆ ਕਿ ਇਸ ਇੰਡਸਟਰੀ 'ਚ ਆਉਣ ਦੇ ਲਈ ਕੰਟੈਕਟ ਬਹੁਤ ਜ਼ਰੂਰੀ ਹੁੰਦੇ ਨੇ, ਅਤੇ ਜਦੋਂ ਤੁਸੀਂ ਮੁੰਬਈ ਆਉਣ ਦੇ ਲਈ ਆਪਣਾ ਰਾਹ ਫੜਿਆ ਕਿ ਹੁਣ ਤੁਸੀਂ ਬਿਲਕੁਲ ਡਿਟਰਮਿਨ ਸੀਗੇ ਕਿ ਮੈਂ ਹੁਣ ਮੁੰਬਈ ਚਲੇ ਜਾਣਾ ਹੈ ਅਤੇ ਇਸ ਇੰਡਸਟਰੀ ਵਿੱਚ ਹੀ ਮੈਂ ਹੁਣ ਪੈਰ ਧਰਕੇ ਦਿਖਾਵਾਂਗਾ ਸਭ ਨੂੰ, ਅਤੇ ਉਦੋਂ ਕਿੱਦਾਂ ਦੀ ਤੁਹਾਡੀ ਸਟਰਗਲ ਲਈ, ਕਿਵੇਂ ਤੁਸੀਂ ਇਸ ਚੀਜ਼ ਨੂੰ ਜਿਹੜਾ ਹੈ ਪੋਜ਼ਿਟਿਵਲੀ ਲਿੱਤਾ, ਜਿਵੇਂ ਕਈ ਵਾਰ ਹੁੰਦਾ ਹੈ ਕਿ ਤੁਹਾਨੂੰ ਕਈ ਵਾਰ ਨੈਗੇਟਿਵ ਵੀ ਰਿਸਪੋਂਡ ਮਿਲਦੇ ਨੇ ਹੋਰ ਲੋਕਾਂ ਤੋਂ, ਅਗਰ ਤੁਸੀਂ ਮੁੰਬਈ ਜਾ ਰਹੇ ਹੋ ਤਾਂ ਉਹ ਕਹਿੰਦੇ ਨੇ ਕਿ ਤੁਸੀਂ ਗਲਤ ਜਗ੍ਹਾ ਆ ਗਏ, ਤੁਸੀਂ ਕੁਛ ਹੋਰ ਦੇਖੋ, ਕੋਈ ਹੋਰ ਫੀਲਡ ਚੈੱਕ ਦੇਖੋ, ਹੈ ਨਾ, ਉਹਦੇ ਵਿੱਚ ਅਜ਼ਮਾਓ, ਅਤੇ ਇੱਦਾਂ ਦੀ ਕੁਛ ਇੰਸਪੀਰੇਸ਼ਨ ਜਿਹੜੀ ਤੁਹਾਨੂੰ ਅੱਗੇ ਵਧਾਉਣ ਲਈ ਮਿਲੀ ਹੋਵੇ? ਉਹ ਤਾਂ ਚੱਲਦਾ ਰਹਿੰਦਾ ਹਰ ਫੀਲਡ ਦੇ ਵਿੱਚ, ਕੋਈ ਵੀ ਬੰਦਾ ਜਿੱਥੇ ਵੀ, ਜੇ ਇੱਥੇ ਵੀ ਕੋਈ ਆਪਦਾ ਕੋਈ ਕਹਿੰਦਾ ਮੈਂ ਹੋਟਲ ਖੋਲ੍ਹਣਾ ਤਾਂ ਉਹਨੂੰ 100 ਰੋਕਣ ਵਾਲੇ ਹੁੰਦੇ ਨੇ, 100 ਉਹਨੂੰ ਕਰਵਾਉਣ ਵਾਲੇ ਨੇ, ਉਸੇ ਤਰ੍ਹਾਂ ਹੀ ਹਰ ਫੀਲਡ ਦੇ ਵਿੱਚ ਉਹ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਅਸੀਂ ਵੀ ਸਟਰਗਲ ਕਰਨੀ, ਸਟਰਗਲ ਫਿਲਮ ਲਾਈਨ ਦੀ ਟਫ ਬਹੁਤ ਹੈ, ਅੱਜ ਕੱਲ੍ਹ ਤਾਂ ਬਹੁਤ ਸੌਖੀ, ਉਸ ਟਾਈਮ ਤਾਂ ਬਹੁਤ ਹੀ ਜ਼ਿਆਦਾ ਟਫ ਹੁੰਦੀ ਸੀ, ਤੁਹਾਨੂੰ ਹਰ ਆਫਿਸ ਜਾ ਕੇ ਧੱਕੇ ਖਾਣੇ ਪੈਂਦੇ ਸੀ, ਹਰ ਕਿਸੇ ਨੂੰ ਮਿਲਣਾ ਪੈਂਦਾ ਸੀ, ਅੱਜ ਉਸ ਟਾਈਮ ਮਤਲਬ ਤੁਸੀਂ ਕਿਸੇ ਨਾਲ ਡਾਇਰੈਕਟ ਗੱਲ ਨਹੀਂ ਕਰ ਸਕਦੇ ਸੀ, ਅੱਜ ਤਾਂ ਕੋਈ ਵੀ ਮਤਲਬ ਤੁਸੀਂ ਨੰਬਰ ਲੈ ਸਕਦੇ ਹੋ ਕਿਸੇ ਨੂੰ, ਡਾਇਰੈਕਟ ਫੋਨ ਕਰ ਸਕਦੇ ਹੋ, ਇੰਨੀ ਮਤਲਬ ਪੋਸੀਬਿਲਿਟੀਜ਼ ਵਧੀਆਂ ਹੋਈਆਂ ਨੇ। ਉਦੋਂ ਤਾਂ ਤੁਸੀਂ ਜਾ ਕੇ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਚੱਕਰ ਮਾਰਨੇ ਪੈਂਦੇ ਸੀ, ਬੈਠਣਾ ਪੈਂਦਾ ਸੀ ਆਫਿਸ ਜਾ ਕੇ ਵੀ ਆਏਗਾ ਤਾਂ ਮਿਲਾਂਗੇ, ਮਿੰਟ ਨਿਕਲਣਗੇ ਬਾਹਰ ਤਾਂ ਮਿਲਾਂਗੇ, ਕਈ ਵਾਰੀ ਮਿਲਦੇ ਨਹੀਂ ਸੀ, ਫਿਰ ਵੇਟ ਕਰੀਦਾ ਵੀ ਕੋਈ ਨਿਕਲੂਗਾ, ਆਫਿਸ ਤੋਂ ਅਕਸਰ ਜਾਣਾ ਤਾਂ ਬਾਹਰ ਹੀ ਹੈ, ਤਾਂ ਉਦੋਂ ਘੇਰਾਂਗੇ ਉਹਨੂੰ ਮਿਲਾਂਗੇ, ਇਹ ਚੀਜ਼ਾਂ ਹੁੰਦੀਆਂ ਰਹਿੰਦੀਆਂ। ਓਕੇ, ਅਤੇ ਕੁਛ ਜਦੋਂ ਐਜ਼ ਅਸਿਸਟੈਂਟ ਡਾਇਰੈਕਟਰ ਤੁਸੀਂ ਬਾਲੀਵੁੱਡ ਇੰਡਸਟਰੀ ਵਿੱਚ ਪੈਰ ਧਰਿਆ, ਤਾਂ ਕੋਈ ਅੱਛਾ ਬਿਲਕੁਲ ਹਲਕਾ ਜਿਹਾ ਕੋਈ ਮੂਮੈਂਟ ਜਿਹੜਾ ਤੁਹਾਨੂੰ ਕੁਛ ਐਕਸਪੀਰੀਅੰਸ ਜਿਹੜਾ ਤੁਹਾਨੂੰ ਦੇ ਗਿਆ ਹੋਵੇ ਆਪਣੀ ਲਾਈਫ 'ਚ ਕਿ ਹਾਂ ਇਹ ਮੁਕਾਮ ਤੁਹਾਨੂੰ ਜਿਹੜਾ ਹੈ ਹਾਸਿਲ ਕਰਨ ਲਈ ਤੁਹਾਡਾ ਇੱਕ ਨੀਂਹ ਪੱਥਰ ਰਿਹਾ, ਕਿ ਪਹਿਲਾ ਸਟੈਪ ਜਿਹੜਾ ਹੈ ਤੁਹਾਡਾ ਮਾਈਲਸਟੋਨ ਇਹ ਰਿਹਾ, ਕੁਛ ਇਹੋ ਜਿਹਾ ਐਕਸਪੀਰੀਅੰਸ ਤੁਸੀਂ ਸਾਡਾ ਸ਼ੇਅਰ ਕਰਨਾ ਚਾਹੋ ਤਾਂ? ਨਹੀਂ, ਇਸ ਤਰ੍ਹਾਂ ਦਾ ਕੋਈ ਐਕਸਪੀਰੀਅੰਸ, ਪਰ ਹੈ ਕਿ ਜਦੋਂ ਦੇਖ ਕੇ ਉੱਥੇ ਸਾਰੇ ਕੰਮ ਕਰਦੇ, ਹਿੰਦੀ ਫਿਲਮਸ ਬਹੁਤ ਸਾਰੀਆਂ ਬਣ ਲਈਆਂ ਦੇਖੀਆਂ, ਉਹਨਾਂ 'ਚ ਅਸਿਸਟ ਕੀਤਾ, ਅਤੇ ਫਿਲਮਾਂ ਵੈਸੇ ਵੀ ਦੇਖਦੇ ਸੀ,
ਅਤੇ ਆਪਣਾ ਇੱਕ ਜਗ੍ਹਾ ਬਣਾਉਣੀ ਬੜੀ ਟਫ ਸੀਗੀ, ਬਹੁਤ ਮੁਸ਼ਕਿਲ ਹੁੰਦਾ, ਅਤੇ ਬਸ ਉਹੀ ਸਾਰੀਆਂ ਚੀਜ਼ਾਂ ਨੂੰ ਭੁੱਲਦੇ ਮਿਲਦੇ ਸਟੈਂਡ ਹੁੰਦੇ ਗਏ। ਅੱਛਾ, ਜਦੋਂ 2015 'ਚ ਤੁਹਾਡੀ ਅੰਗਰੇਜ਼ ਮੂਵੀ ਆਈ ਤਾਂ ਉਹਨੂੰ ਬਹੁਤ ਹੱਲਾਸ਼ੇਰੀ ਮਿਲੀ, ਲੋਕਾਂ ਦੀ ਬਹੁਤ ਵਾਹਵਾਹੀ ਤੁਸੀਂ ਲੁੱਟੀ ਉਸ ਮੂਵੀ ਨੂੰ ਡਾਇਰੈਕਟ ਕਰਕੇ, ਅਤੇ ਤੁਹਾਡਾ ਆਪਣਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਉਸਨੂੰ ਡਾਇਰੈਕਸ਼ਨ ਦੇਣ ਲਈ ਉਸ ਮੂਵੀ ਨੂੰ? ਦੇਖੋ, ਉਹਦੇ 'ਚ ਮੈਂ ਤਾਂ ਇਸ ਤਰ੍ਹਾਂ ਦਾ ਕੋਈ ਮੰਨਦਾ ਨਹੀਂ ਹੈ ਕਿ ਫਿਲਮ ਦੇ ਵਿੱਚ ਕੋਈ ਟਫ ਹੁੰਦਾ ਜਾਂ ਮੁਸ਼ਕਲ ਸਾਹਮਣਾ ਕਰਨਾ ਪੈਂਦਾ ਸਬਜੈਕਟ ਦੇ ਅਕੋਰਡਿੰਗ। ਹਰ ਫਿਲਮ ਦੇ ਵਿੱਚ ਉਨੀਆਂ ਹੀ ਪਰੇਸ਼ਾਨੀਆਂ, ਉਨੀਆਂ ਹੀ ਤਕਲੀਫਾਂ, ਹਰ ਸਬਜੈਕਟ ਦੇ ਵਿੱਚ ਉਨਾ ਹੀ ਸਭ ਕੁਛ ਆਉਂਦਾ, ਪਰ ਸਾਡੇ ਵਾਸਤੇ ਸਾਰੀਆਂ ਫਿਲਮਾਂ ਸੇਮ ਹੁੰਦੀਆਂ ਨੇ। ਅਸੀਂ ਤਾਂ ਉਨੀ ਸ਼ਿੱਦਤ ਨਾਲ ਹਰ ਫਿਲਮ ਬਣਾਉਂਦੇ ਹਾਂ ਅਤੇ ਹਰ ਕਹਾਣੀ ਨੂੰ ਉਸੇ ਤਰ੍ਹਾਂ ਉਚਾਰਦੇ ਹਾਂ, ਪਰ ਕੋਈ ਚੱਲਦੀ ਹੈ ਨਹੀਂ ਚੱਲਦੀ ਉਹਦੇ ਉੱਤੇ ਡਿਪੈਂਡ ਕਰਦਾ ਕਿ ਉਹ ਫਿਲਮ ਦਰਸ਼ਕ ਕਿਸ ਤਰ੍ਹਾਂ ਲੈਂਦੇ ਨੇ। ਅਤੇ ਉਸੇ ਤਰ੍ਹਾਂ ਅੰਗਰੇਜ਼ ਨੂੰ ਬਣਾਉਂਦੇ ਹੋਏ, ਮਤਲਬ ਉਹਦਾ ਚੈਲੰਜ ਤਾਂ ਹਰ ਫਿਲਮ 'ਚ ਹੁੰਦੇ ਨੇ, ਉਹ ਵੀ ਚੈਲੰਜ ਹੈ ਕਿ ਉਸ ਟਾਈਮ ਅਸੀਂ ਸੀਗਾ ਉਹਨੂੰ ਕਿਵੇਂ ਕ੍ਰੀਏਟ ਕੀਤਾ ਜਾਏਗਾ, ਪੁਰਾਣੀਆਂ ਚੀਜ਼ਾਂ ਕਿਵੇਂ ਲਿਆਉਂਦੇ, ਬਸ ਇਹੀ ਚੈਲੰਜ ਸੀਗਾ। ਬਾਕੀ ਬਹੁਤ ਮਤਲਬ ਸਾਰੀਆਂ ਚੀਜ਼ਾਂ ਸਿਮੀਲਰ ਹਰ ਫਿਲਮ ਦੇ ਅਕੋਰਡਿੰਗ ਚੱਲਦੀਆਂ। ਜੀ, ਤੁਸੀਂ ਆਪਣੀ ਸਬਜੈਕਟ ਦੀ ਗੱਲ ਕਰੀ ਤਾਂ ਹਮੇਸ਼ਾ ਦੇਖਿਆ ਜਾਏ ਜਿੰਨੀ ਵੀ ਤੁਸੀਂ ਮੂਵੀਜ਼ ਰਿਲੀਜ਼ ਆਪਣੀ ਕਰੀਆਂ ਨੇ, ਐਸ ਡਾਇਰੈਕਸ਼ਨ ਦਿੱਤੀ ਹੈ ਤੁਸੀਂ ਉਹਨਾਂ ਨੂੰ, ਤਾਂ ਉਹਨਾਂ ਦਾ ਕੌਨਸੈਪਟ ਡਿਫਰੈਂਟ ਰਿਹਾ, ਕੁਛ ਕੌਮੇਡੀ ਵੀ ਰਹੀ ਹੈ, ਕੁਛ ਜਿਹੜਾ ਹੈ ਸੀਰੀਅਸ ਵੀ, ਕੁਛ ਟੌਪਿਕ ਤੁਸੀਂ ਵਿੱਚ ਲਏ ਨੇ, ਪ੍ਰਿਓਡਿਕ ਟੌਪਿਕਸ ਵੀ ਤੁਸੀਂ ਚੱਕੇ ਨੇ, ਅਤੇ ਉਹਦਾ ਕੀ ਮਕਸਦ ਰਿਹਾ? ਕਿਉਂਕਿ ਜਦੋਂ ਕੀ ਹੁੰਦਾ ਕਿ ਜਦੋਂ ਇੱਕ ਟ੍ਰੈਂਡ ਚੱਲ ਪੈਂਦਾ, ਸਮਝ ਲਓ ਕਿ ਕੌਮੇਡੀ ਚੱਲ ਪਈ ਪੰਜਾਬੀ ਇੰਡਸਟਰੀ 'ਚ, ਅਤੇ ਉਹ ਸਾਰੇ ਡਾਇਰੈਕਟਰ ਸੋਚਦੇ ਨੇ ਕਿ ਚਲੋ ਇਸੀ ਟ੍ਰੈਂਡ ਵੱਲ ਚੱਲਦੇ ਨੇ, ਇਸ ਨੂੰ ਹੀ ਫੋਲੋ ਕਰਦੇ ਨੇ, ਅਤੇ ਤੁਹਾਡੇ ਡਿਫਰੈਂਟ ਡਿਫਰੈਂਟ ਜਿਹੜੇ ਟ੍ਰੈਂਡਸ ਚੱਲਦੇ ਨੇ, ਅਤੇ ਇਸਦਾ ਕੀ ਤੁਹਾਡੇ ਮਾਇੰਡ 'ਚ ਸੀਗਾ ਕਿ ਤੁਸੀਂ ਇੱਕ ਆਪਣਾ ਵੱਖਰਾ ਯੂਨੀਕ ਆਪਣਾ ਇੱਕ ਜਿਹੜਾ ਹੈ ਸਟੈਂਡ ਲੈਣਾ, ਜਾਂ ਫਿਰ ਤੁਸੀਂ ਇਹ ਸੋਚਦੇ ਸੀਗੇ ਕਿ ਇਹ ਜਿਹੜਾ ਹੈ ਇੱਕ ਟ੍ਰੈਂਡ ਜਿਹੜਾ ਚੱਲ ਰਿਹਾ ਉਸ ਤੋਂ ਵੱਖਰਾ ਤੁਸੀਂ ਕੁਛ ਕਰਨਾ ਚਾਹੁੰਦੇ ਹੋ? ਬਿਲਕੁਲ ਬਿਲਕੁਲ ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਵੱਖਰਾ ਕਿ ਸਬਜੈਕਟਸ, ਹਰ ਵਾਰੀ ਮੈਂ ਸੋਚਦਾ ਕੁਛ ਨਵਾਂ ਕੰਮ ਕੀਤਾ ਜਾਵੇ, ਕੁਛ ਅਲੱਗ ਸਬਜੈਕਟ 'ਤੇ ਵਰਕ ਕੀਤਾ ਜਾਵੇ, ਤਾਂ ਜੋ ਫਿਲਮ ਅਲੱਗ ਥੋੜ੍ਹੀ ਤੁਹਾਡੀ ਫਿਲਮ ਆਈਡੈਂਟੀਫਾਈ ਬਣੇ ਕਿ ਸਿਮਰਜੀਤ ਦੀ ਫਿਲਮ ਹੈ ਜਾਂ ਦੂਸਰੇ ਡਾਇਰੈਕਟਰਸ ਦੀ ਫਿਲਮ ਹੈ, ਤਾਂ ਉਹ ਚੀਜ਼ਾਂ ਨੂੰ ਸੋਚਦੇ ਸਬਜੈਕਟ ਅਲੱਗ ਚੂਜ਼ ਕਰੀਦੇ ਨੇ। ਪਰ ਹਰ ਤਰ੍ਹਾਂ ਦੀ ਫਿਲਮ ਬਣਾਉਣਾ ਮੇਰਾ ਪੈਸ਼ਨ ਹੈ, ਮੈਂ ਹਰ ਤਰ੍ਹਾਂ ਦਾ ਕੰਮ ਕਰ ਸਕਦਾ, ਐਕਸ਼ਨ ਹੋ, ਇਮੋਸ਼ਨ ਹੋ, ਡਰਾਮਾ ਹੋ, ਕੌਮੇਡੀ ਹੋ, ਤਾਂ ਸਾਰੇ ਤਰ੍ਹਾਂ ਦੇ ਸਬਜੈਕਟ ਮੋਸਟਲੀ ਮੈਂ ਕਰ ਵੀ ਚੁੱਕਿਆ, ਸਾਰੇ ਹੋ ਚੁੱਕੇ ਨੇ ਮੇਰੇ, ਮਤਲਬ ਕਈ ਤਰ੍ਹਾਂ ਦੇ, ਬਾਕੀ ਹੋਰ ਵੀ ਅੱਗੇ ਨਵੇਂ ਨਵੇਂ ਕਰਦੇ ਰਹਾਂਗੇ। ਅੱਛਾ ਜੀ, ਮੁੜ ਤੋਂ ਅਸੀਂ ਤੁਹਾਡੇ ਬੈਕਗ੍ਰਾਉਂਡ ਦੀ ਗੱਲ ਕਰੀਏ, ਜਿਵੇਂ ਤੁਹਾਡੀ ਫੈਮਿਲੀ ਹੈ, ਤੁਸੀਂ ਜਦੋਂ ਇਹ ਡਿਸੀਜਨ ਲਿਆ ਕਿ ਤੁਸੀਂ ਇੱਕ ਮੁੰਬਈ ਜਾ ਕੇ ਤੁਸੀਂ ਕੁਛ ਕਰਨਾ ਹੈ, ਫਿਲਮ ਇੰਡਸਟਰੀ ਵਿੱਚ ਕਰਨਾ ਹੈ, ਤਾਂ ਉਹਨਾਂ ਦਾ ਕਿਵੇਂ ਦਾ ਰਿਸਪੋਂਡ ਰਿਹਾ? ਕਿਉਂਕਿ ਕਈ ਵਾਰ ਹੁੰਦੇ ਹੈ ਕਿ ਫੈਮਿਲੀ ਸਪੋਰਟਿਵ ਹੁੰਦੀ ਹੈ, ਕਈ ਵਾਰ ਉਹ ਸੋਚਦੇ ਹੈ ਕਿ ਇਹ ਕੁਛ ਖਾਸ ਕੰਮ ਨਹੀਂ ਹੈਗਾ, ਇਹਦੇ ਲਈ ਆਪਣਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੈ, ਇਹਦੇ ਅੱਛਾ ਕੁਛ ਵਧੀਆ ਕਰੋ, ਪ੍ਰੋਡਕਟਿਵ ਕੰਮ ਕਰੋ, ਅਤੇ ਉੱਥੋਂ ਦੀ ਤੁਹਾਡੀ ਸਪੋਰਟ ਕਿਵੇਂ ਦੇ ਰਹੇ? ਦੇਖੋ, ਉਦੋਂ ਤਾਂ ਬਹੁਤ ਮੁਸ਼ਕਿਲ ਹੁੰਦਾ ਸੀ, ਸਾਰਿਆਂ ਨੂੰ ਜਾਂਦਾ ਸੀ ਯਾਰ ਉੱਥੇ ਜਾ ਕੇ ਕੀ ਕਰਨਗੇ, ਤਾਂ ਹਰ ਕਰਦੇ ਸਾਰੇ ਮਨਾ ਕਰਦੇ ਹੀ ਹੈ, ਪਰ ਜਿਹਨੇ ਜੇ ਜਾਣਾ ਹੁੰਦਾ ਜਾਂ ਕਰਨਾ ਹੁੰਦਾ ਰੋਜ਼ ਜ਼ਬਰਦਸਤੀ ਜਾਂ ਕਿਵੇਂ ਧੱਕੇ ਨਾ ਮਨਾ ਕੇ ਕਰਨਾ ਪੈਂਦਾ, ਉਸੇ ਤਰ੍ਹਾਂ ਹੀ ਹਾਂ ਕਨਵਿੰਸ ਕੀਤਾ ਕਰਦਿਆਂ ਨੂੰ ਜਾ ਕੇ ਆਪਣਾ ਕੰਮ। ਵੈਸੇ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਥੀਏਟਰ ਵੀ ਕਰਦੇ ਰਹੇ ਹੋ, ਤਾਂ ਉਹਨਾਂ ਨੂੰ ਕੁਛ ਆਈਡੀਆ ਤਾਂ ਲੱਗ ਹੀ ਗਿਆ ਹੋਣਾ ਕਿ ਹਾਂ ਬਿਲਕੁਲ ਉਹ ਤਾਂ ਲੱਗ ਹੀ ਗਿਆ ਵੀ ਇਸ ਤਰ੍ਹਾਂ ਦਾ ਕਰਨ ਵਾਲੇ ਨੇ, ਤਾਂ ਆਰਟਿਸਟਿਕ ਵਿਜ਼ਨ ਰੱਖਦਾ ਹੈ ਬਿਲਕੁਲ, ਹਾਂ ਉਸ ਤਰ੍ਹਾਂ ਦੀਆਂ ਖਿਆਲ ਰੱਖਦਾ ਹੈ ਬਿਲਕੁਲ, ਤੇ ਇਸ ਕਰਕੇ ਮਤਲਬ ਉਹਨਾਂ ਨੇ ਤੁਹਾਨੂੰ ਹੱਲਾਸ਼ੇਰੀ ਹੀ ਦਿੱਤੀ ਕਿਉਂਕਿ ਉਹ ਪਹਿਲਾਂ ਹੀ ਇਸ ਚੀਜ਼ ਨੂੰ ਸਮਝ ਚੁੱਕੇ। ਬਿਲਕੁਲ ਬਿਲਕੁਲ, ਬਹੁਤ ਵਧੀਆ। ਤੇ ਅਗਰ ਤੁਸੀਂ ਇੱਥੇ ਆਪਣੀ ਮੂਵੀਜ਼ 'ਚ ਅਸੀਂ ਗੱਲ ਕਰੀਏ, ਚਾਹੇ ਉਹ ਤੁਹਾਡਾ ਮੁਕਲਾਵਾ ਮੂਵੀ ਹੋਵੇ ਜਾਂ ਫਿਰ ਡੈਡੀ ਫੂਲ, ਮੁੰਡੇ ਫੂਲ, ਇੱਦਾਂ ਦੀ ਮੂਵੀ ਹੋਵੇ, ਤਾਂ ਉਹਨਾਂ ਵਿੱਚ ਤੁਸੀਂ ਹਮੇਸ਼ਾ ਇੱਕ ਇੱਕ ਡਿਫਰੈਂਟ ਕੌਨਸੈਪਟ ਕੱਢਿਆ ਹੈ। ਉਹ ਕੌਨਸੈਪਟ ਇਹ ਹੈ ਕਿ ਤੁਸੀਂ ਹਮੇਸ਼ਾ ਕੋਈ ਨਾ ਕੋਈ ਨਵੀਂ ਹੀਰੋਇਨ ਨੂੰ ਲਾਂਚ ਕਰਦੇ ਹੋ। ਲਾਈਕ ਤੁਸੀਂ ਅਗਰ ਅਸੀਂ ਸਲਮਾਨ ਖਾਨ ਨੂੰ ਬਾਲੀਵੁੱਡ ਦਾ ਇਹ ਦੱਸੀਏ ਕਿ ਉਹ ਲਾਂਚ ਕਰਦੇ ਨੇ ਕੋਈ ਨਾ ਕੋਈ ਨਵੀਂ ਹੀਰੋਇਨ, ਤਾਂ ਤੁਸੀਂ ਬਾਲੀਵੁੱਡ ਦੇ ਸਲਮਾਨ ਖਾਨ ਨੂੰ, ਅਤੇ ਇਸਦੇ ਉੱਤੇ ਆਪਣਾ ਕੁਛ ਦੱਸੋ ਕਿ ਇਹ ਤੁਹਾਡਾ ਵੈਸੇ ਇੱਕ ਆਈਡੀਆ ਹੁੰਦਾ ਹੈ ਕਿ ਕਿ ਇਸ ਇਸ ਪਰਟੀਕੁਲਰ ਕੈਰੈਕਟਰ ਲਈ ਇਹ ਐਕਟਰੈਸ ਸੂਟ ਬੈਠੇਗੀ, ਜਾਂ ਫਿਰ ਤੁਸੀਂ ਇਹ ਵਾਕਈ ਸੋਚਦੇ ਹੋ ਕਿ ਹਾਂ ਕਿਸੇ ਨਵੇਂ ਜਿਹੜਾ ਹੈ ਕੈਰੈਕਟਰ ਨੂੰ ਜਾਂ ਕਿਸੇ ਐਕਟਰੈਸ ਨੂੰ ਜਾਂ ਆਰਟਿਸਟ ਨੂੰ ਉਸ ਚੀਜ਼ ਦਾ ਮੌਕਾ ਦਿੱਤਾ ਜਾਏ? ਨਹੀਂ, ਇਸ ਤਰ੍ਹਾਂ ਦਾ ਕੋਈ ਨਹੀਂ ਹੈ, ਉਹ ਨੈਚੁਰਲ ਪ੍ਰੋਸੈਸ ਹੈ, ਫਿਲਮ ਬਣਨੀ ਸ਼ੁਰੂ ਹੋਈ ਉਹਦੇ ਵਾਸਤੇ ਕਰੈਕਟਰ ਦੀ ਤਲਾਸ਼ ਹੈ, ਜੇ ਕਿਸੇ ਕਰੈਕਟਰ ਨੂੰ ਪੁਰਾਣੇ ਨੂੰ ਅਸੀਂ ਗੱਲ ਕਰਦੇ ਹਾਂ ਡੇਟਸ ਅਵੇਲੇਬਿਲਟੀ ਨਹੀਂ ਹੈ, ਤਾਂ ਫਿਰ ਇਹ ਸੋਚਦੇ ਹਾਂ ਕਿ ਚਲੋ ਇਹਦੇ ਵਾਸਤੇ ਆਹ ਕਰੈਕਟਰ ਆਏਗਾ, ਜਿਵੇਂ ਅੰਗਰੇਜ਼ ਦੇ ਵਿੱਚ ਅਦਿੱਤੀ ਅਤੇ ਸਰਗੁਣ ਨੂੰ ਮਤਲਬ ਅਸੀਂ ਲੈ ਕੇ ਆਏ, ਤਾਂ ਉਸ ਟਾਈਮ ਉਹ ਅਦਿੱਤੀ ਦਾ ਕਰੈਕਟਰ ਹੈ, ਸਾਨੂੰ ਇਹ ਲੱਗ ਰਿਹਾ ਸੀ ਕੋਈ ਹੋਰ ਨਹੀਂ ਕਰ ਸਕਦਾ, ਤਾਂ ਇਸੇ ਕਰਕੇ ਅਸੀਂ ਉਹਨੂੰ ਚੂਜ਼ ਕੀਤਾ। ਉਸੇ ਤਰ੍ਹਾਂ ਸਰਗੁਣ ਨੂੰ ਚੂਜ਼ ਕੀਤਾ ਵੀ ਸਾਰਿਆਂ ਨੇ ਮਿਲ ਕੇ ਵੀ ਹਾਂ ਸਰਗੁਣ ਇਹ ਕਰੈਕਟਰ ਵਧੀਆ ਕਰ ਸਕਦੇ, ਤਾਂ ਹਰ ਵਾਰੀ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ, ਤਾਂ ਹਰ ਮੋਸਟਲੀ ਕਾਫੀ ਸਾਰੀ ਫਿਲਮਾਂ ਦੇ ਵਿੱਚ ਨਵੇਂ ਚਿਹਰੇ ਆ ਗਏ ਨੇ,
ਬਾਕੀ ਹਰ ਫਿਲਮ 'ਚ ਮੇਰੇ ਇੱਕ ਦੋ ਦਾ ਕਰੈਕਟਰ ਨਵੇਂ ਹੁੰਦੇ ਹੀ ਨੇ। ਹਾਂਜੀ, ਉਹ ਤਾਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅੱਛਾ, ਕਈ ਵਾਰ ਕੀ ਹੁੰਦਾ ਕਿ ਡਾਇਰੈਕਟਰ ਦਾ ਆਪਣਾ ਇੱਕ ਫੇਵਰੇਟ ਐਕਟਰ ਵੀ ਹੁੰਦਾ ਕਿ ਇਹਦੇ ਨਾਲ ਮੈਂ ਕੰਫਰਟੇਬਲ ਹਾਂ ਜਾਂ ਇਹ ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝ ਲਏਗਾ, ਮੇਰੀ ਡਾਇਰੈਕਸ਼ਨ ਨੂੰ ਅੰਡਰਸਟੈਂਡ ਕਰ ਲਏਗਾ, ਅਤੇ ਉਸ ਤਰੀਕੇ ਦਾ ਤੁਹਾਡਾ ਕੋਈ ਐਕਟਰ ਹੈ ਜਿਹਦੇ ਨਾਲ ਤੁਸੀਂ ਬੜੇ ਕੰਫਰਟੇਬਲ ਹੁੰਦੇ ਹੋ ਕਿ ਮੈਂ ਇਹਨੂੰ ਇੱਕ ਵਾਰ ਸਮਝਾਵਾਂਗੇ ਅਤੇ ਉੱਦਾਂ ਐਜ਼ ਇਟ ਇਜ਼ ਤੁਹਾਨੂੰ ਸ਼ਾਰਟ ਬਣਾ ਕੇ ਦੇਵੇਗਾ? ਨਹੀਂ ਨਹੀਂ ਉਹ ਤਾਂ ਸਾਰੇ ਇੱਕੋ ਜਿਹੇ ਨੇ ਮੇਰੇ ਨਾਲ, ਤਾਂ ਸਭ ਦਾ ਮਤਲਬ ਸਭ ਨਾਲ ਕੰਮ ਕੀਤਾ, ਸਾਰਿਆਂ ਦਾ ਬਹੁਤ ਵਧੀਆ, ਮਤਲਬ ਆਰਟਿਸਟ ਤਾਂ ਉਹੀ ਹੈ ਕਿ ਜਿਹੜੇ ਇੱਕ ਵਾਰੀ ਗੱਲ ਸਮਝ ਲੈਣ, ਅਤੇ ਸਾਰੇ ਸਮਝਦੇ ਨੇ, ਬਹੁਤ ਅੱਛਾ ਟਿਊਨਿੰਗਸ ਨੇ ਮੇਰੇ ਨਾਲ ਸਾਰਿਆਂ ਦੀਆਂ, ਅਤੇ ਕੀ ਹੈ ਸਾਨੂੰ ਚਾਹੀਦਾ ਸੀਨ 'ਤੇ ਡਿਸਕਸ਼ਨ ਕਰਦੇ ਹੋ ਨਿਕਲ ਆਉਂਦੀ। ਬਹੁਤ ਵਧੀਆ, ਚਲੋ ਅਸੀਂ ਗੱਲ ਕਰਦੇ ਇਹਨਾਂ ਦੀ ਨਿੱਕਾ ਜਲਦਾ 3। ਵੈਸੇ ਦਰਸ਼ਕੋ, ਸੋਚਣ ਵਾਲੀ ਗੱਲ ਹੈ ਕਿ ਹਮੇਸ਼ਾ ਸੀਕੁਅਲ ਬਣਦਾ ਹੈ, ਪਹਿਲਾਂ ਓਰੀਜਿਨਲ ਮੂਵੀ ਆਉਂਦੀ ਹੈ ਫਿਰ ਉਸਦਾ ਜਿਹੜਾ ਹੈ ਸੀਕੁਅਲ ਬਣਦਾ ਹੈ, ਅਤੇ ਹੁਣ ਇਹ ਥਰਡ ਮਤਲਬ ਥਰਡ ਪਾਰਟ ਕੱਢਣ ਵਾਲੇ ਨੇ, ਬੜਾ ਡਿਫਰੈਂਟ ਔਰ ਯੂਨੀਕ ਜਿਹੜਾ ਐਜ਼ ਯੂਜੂਅਲ ਇਹ ਕਰਦੇ ਹੈ, ਅਤੇ ਉਹ ਚੀਜ਼ ਜਿਹੜੀ ਹੈ ਇੰਟਰੋਡਿਊਸ ਕਰ ਰਹੇ ਨੇ ਕਿ ਨਿੱਕਾ ਜਲਦਾ 3 ਪਾਰਟ ਆ ਰਿਹਾ, ਅਤੇ ਉਸਦੇ ਬਾਰੇ ਅਸੀਂ ਕੁਛ ਤੁਹਾਡੇ ਬਾਰੇ ਜਾਣਨਾ ਚਾਹਾਂਗੇ ਕਿ ਕੀ ਕੀ ਤੁਸੀਂ ਡਿਫਰੈਂਟ ਲੈ ਕੇ ਆ ਰਹੇ ਹੋ, ਕਿਉਂਕਿ ਫਸਟ ਔਰ ਸੈਕਿੰਡ ਪਾਰਟ 'ਚ ਜੋ ਅਸੀਂ ਨਹੀਂ ਦੇਖ ਸਕੇ ਉਹ ਥਰਡ ਪਾਰਟ 'ਚ ਕੀ ਦੇਖਾਂਗੇ? ਇਹ ਬਸ ਹਰ ਵਾਰੀ ਡਿਫਰੈਂਟ ਪਾਰਟ ਪਾਰਟ ਦੀ ਇੱਕ ਅਲੱਗ ਕਹਾਣੀ ਹੁੰਦੀ ਹੈ। ਨਿੱਕਾ ਜਲਦਾ ਸੀਰੀਜ਼ ਹੈ ਇੱਕ, ਹਰ ਵਾਰੀ ਨਵੀਂ ਕਹਾਣੀ ਨਵੇਂ ਮਤਲਬ ਕਰੈਕਟਰਾਂ ਦੇ ਨਾਲ ਉਹ ਪਲੇ ਕੀਤੀ ਜਾਂਦੀ ਹੈ। ਫਸਟ ਪਾਰਟ ਅਲੱਗ ਤਰ੍ਹਾਂ ਦਾ ਸੀ, ਸੈਕਿੰਡ ਇੱਕ ਅਲੱਗ ਮਤਲਬ ਸੀਰੀਅਸ ਵੀ ਸੀ, ਥੋੜ੍ਹਾ ਕੌਮਿਕ ਵੀ ਸੀਗਾ, ਅਤੇ ਇਹ ਆਊਟ ਐਂਡ ਆਊਟ ਮਤਲਬ ਮਸਤੀ ਹੈ ਅਗਲਪਾਨਾ ਇਸ ਫਿਲਮ ਦੇ ਵਿੱਚ, ਅਤੇ ਇੱਕ ਅਲੱਗ ਜਿਹੜਾ ਆਈਡੀਆ ਵੀ ਡਿਫਰੈਂਟ ਹੈ ਕਿ ਜੋ ਲੋਕਾਂ ਦੇ ਵਿੱਚ ਕਹਿੰਦੇ ਭੂਤ ਆ ਗਿਆ ਬਾਬਾ ਆ ਗਿਆ, ਤਾਂ ਉਹ ਚੀਜ਼ਾਂ ਨੂੰ ਉਹਨੂੰ ਅਸੀਂ ਉਸ ਚੀਜ਼ ਨੂੰ ਰੱਖਿਆ, ਤਾਂ ਉਹਦੇ ਉੱਤੇ ਸਾਰੀ ਫਿਲਮ ਬੇਸ ਹੈ। ਅਤੇ ਸਰ, ਹੁਣ ਤੁਸੀਂ ਨਿੱਕਾ ਜਲਦਾ ਦੀ ਜਦੋਂ ਸ਼ੂਟਿੰਗ ਕਰ ਰਹੇ ਸੀਗੇ, ਅਤੇ ਕਾਫੀ ਇਹੋ ਜਿਹੇ ਕਹਿੰਦੇ ਆ ਕਿ ਉਹ ਜਿਹੜੇ ਜਦੋਂ ਅਸੀਂ ਸ਼ੂਟਿੰਗ ਕਰ ਰਹੇ ਹਾਂ ਜਾਂ ਫਿਰ ਕੁਛ ਪਲੈਨਿੰਗ ਕਰ ਰਹੇ ਹਾਂ, ਤਾਂ ਉਹਦੇ ਵਿੱਚ ਬੜੇ ਫਨੀ ਫਨੀ ਜਿਹੇ ਸੀਨਸ ਜਾਂ ਕੁਛ ਇੱਦਾਂ ਦਾ ਮਾਹੌਲ ਕ੍ਰੀਏਟ ਹੋ ਜਾਂਦਾ, ਅਤੇ ਇੱਦਾਂ ਦਾ ਕੁਛ ਸ਼ੇਅਰ ਕਰੋ ਸਾਡੇ ਨਾਲ। ਬਹੁਤ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ, ਕਈ ਸੀਨ ਹੈਗੇ ਨੇ ਜਿਹਦੇ ਵਿੱਚ ਅਸੀਂ ਕਰਦੇ ਹਾਂ ਸ਼ਾਰਟ ਦੇ ਵਿੱਚ, ਮਤਲਬ ਚੱਲਦੇ ਸ਼ਾਰਟ ਦੇ ਵਿੱਚ ਹੱਸ ਆ ਜਾਂਦਾ, ਆਰਟਿਸਟ ਸਾਰੇ ਹੱਸਣ ਲੱਗ ਜਾਂਦੇ, ਇਸ ਤਰ੍ਹਾਂ ਦੇ ਕਈ ਹੈਗੇ ਨੇ, ਅਤੇ ਇਹ ਹਮੇਸ਼ਾ ਚੱਲਦਾ ਰਹਿੰਦਾ ਕਿ ਜਿਹੜੀ ਕੌਮਿਕ ਫਿਲਮ ਹੁੰਦੀ ਹੈ ਉਹਦੇ ਵਿੱਚ ਆਰਟਿਸਟ ਨੂੰ ਪਰਫੋਰਮ ਕੁਛ ਅਸੀਂ ਅਲੱਗ ਕਰਨ ਨੂੰ ਕਹਿੰਦੇ ਹਾਂ। ਹੁਣ ਜਦੋਂ ਪਹਿਲੇ ਦਿਨ ਐਮੀ ਨੂੰ ਫਸਟ ਸੀਨ ਹੀ ਅਸੀਂ ਕੀਤਾ, ਐਮੀ ਨੂੰ ਬੰਨ ਕੇ ਰੱਖਿਆ, ਤੁਸੀਂ ਬੜੇ ਸ਼ੋਟ ਦੇਖੇ ਹੋਣੇ ਨੇ, ਤਾਂ ਦਰਖਤ ਨਾਲ ਬੰਨਿਆ ਹੋਇਆ, ਤਾਂ ਵਾਰ ਵਾਰ ਮਤਲਬ ਉਹਦੇ ਆਪ ਨੂੰ ਵੇਖ ਕੇ ਹੱਸੀ ਜਾਂਦਾ ਜੀ, ਤਾਂ ਉਹ ਚੀਜ਼ਾਂ ਫਨੀ ਮੂਮੈਂਟਸ ਆਉਂਦੀਆਂ ਰਹਿੰਦੀਆਂ ਨੇ। ਕਈ ਵਾਰ ਕੀ ਹੁੰਦਾ ਕਿ ਬੀਇੰਗ ਡਾਇਰੈਕਟਰ ਤੁਹਾਨੂੰ ਸਟ੍ਰਿਕਟਨੈਸ ਵੀ ਰੱਖਣੀ ਪੈਂਦੀ ਹੈ ਕਿ ਮਾਹੌਲ ਜਿਹੜਾ ਹੈ ਆਪਣਾ ਕੰਮ ਕਰਦਾ ਰਹੇ, ਇਹ ਨਾ ਹੋਵੇ ਕਿ ਸਾਰੇ ਫੋਰ ਗ੍ਰਾਂਟਿਡ ਲੈਣ ਲੱਗ ਜਾਣ, ਹੈ ਨਾ, ਕਿ ਅਗਰ ਕਾਮੇਡੀ ਮੂਵੀ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਚੀਜ਼ ਨੂੰ ਫੋਰ ਗ੍ਰਾਂਟਿਡ ਲੈਣ ਲੱਗ ਜਾਓ, ਅਤੇ ਕਦੀ ਸਟ੍ਰਿਕਟਨੈਸ ਦਿਖਾਈ? ਕਿਉਂਕਿ ਹਮੇਸ਼ਾ ਤੁਸੀਂ ਆਪਣੀ ਇੰਡਸਟਰੀ ਵਿੱਚ ਮਿਸਟਰ ਕੂਲ ਦੇ ਨਾਂ ਤੋਂ ਜਾਣੇ ਜਾਂਦੇ ਹੋ, ਕਿ ਜਦੋਂ ਵੀ ਕਿਸੇ ਨਾਲ ਗੱਲ ਕਰੀਏ ਕਿਸੇ ਐਕਟਰ ਨਾਲ ਐਕਟਰੈਸ ਨਾਲ, ਹਮੇਸ਼ਾ ਉਹ ਕਹਿੰਦੇ ਆ ਕਿ ਇਹ ਡਾਇਰੈਕਟਰ ਸਿਮਰਜੀਤ ਸਿੰਘ ਤਾਂ ਬਹੁਤ ਕੂਲ ਨੇ, ਇਹਨਾਂ ਦੇ ਨਾਲ ਸਾਨੂੰ ਹਮੇਸ਼ਾ ਕੰਫਰਟੇਬਲ ਜ਼ੋਨ ਅਸੀਂ ਸ਼ੇਅਰ ਕੀਤਾ, ਅਤੇ ਕੰਫਰਟੇਬਿਲਿਟੀ ਲੈਵਲ ਆਪਣੀ ਜਗ੍ਹਾ ਹੈ, ਪਰ ਕਦੀ ਤੁਹਾਨੂੰ ਖਿੱਚ ਨਹੀਂ ਮੱਚਦੀ ਕਿ ਇਹ ਕੰਮ ਕਿਉਂ ਨਹੀਂ ਕਰ ਰਹੇ, ਇਹ ਹਾਲੇ ਫੀਲਡ 'ਤੇ ਕਿਉਂ ਨਹੀਂ ਆਏ ਹਾਲੇ ਤੱਕ, ਜਾਂ ਟਾਈਮ 'ਤੇ ਨਹੀਂ ਪਹੁੰਚੇ, ਜਿਵੇਂ ਹਰ ਕੋਈ ਅਕਸ਼ੈ ਕੁਮਾਰ ਤਾਂ ਹੁੰਦਾ ਨਹੀਂ ਕਿ ਸਵੇਰੇ 5 ਵਜੇ ਆ ਕੇ ਪਹੁੰਚ ਜਾਏ, ਹੈ ਨਾ, ਫੀਲਡ 'ਤੇ, ਅਤੇ ਇੱਦਾਂ ਦੇ ਕੁਛ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰੋ? ਨਹੀਂ, ਇਹੋ ਜਿਹਾ ਕੁਛ ਵੀ ਨਹੀਂ, ਕਦੇ ਪ੍ਰੋਬਲਮ ਨਹੀਂ ਆਈ ਮੈਨੂੰ, ਨਾ ਹੀ ਗੁੱਸਾ ਆਉਂਦਾ, ਅਤੇ ਮੈਂ ਬੜੀ ਆਪਦੇ ਤਰੀਕੇ ਨਾਲ ਕੰਮ ਕਰਵਾ ਲੈਂਦਾ, ਅਤੇ ਕੋਈ ਇਹੋ ਜਿਹੀ ਸਮੱਸਿਆ ਆਉਣ ਦਈਦੀ ਨਹੀਂ ਗੀ, ਸਾਰੇ ਆਰਟਿਸਟ ਬੜੇ ਕੋਆਪਰੇਟਿਵ ਹੁੰਦੇ ਨੇ, ਜਿੰਨਾ ਪਿਆਰ ਨਾਲ ਕੰਮ ਕਰਾਓ ਤਾਂ ਉਨਾ ਹੀ ਵਧੀਆ ਚੀਜ਼ਾਂ ਨਿਕਲ ਕੇ ਆਉਂਦੀਆਂ। ਤੁਸੀਂ ਇੰਨਾ ਪੋਜ਼ਿਟਿਵ ਜਿਹੜਾ ਹੈ ਆਪਣਾ ਔਰਾ ਕ੍ਰੀਏਟ ਕੀਤਾ ਹੋਇਆ ਹੈ ਕਿ ਹਰ ਕੋਈ ਤੁਹਾਡੇ ਉਹਦੇ ਵਿੱਚ ਕੰਫਰਟੇਬਲ ਰਹਿੰਦਾ, ਅਤੇ ਤੁਸੀਂ ਹੁਣ ਇਹ ਮੂਵੀ ਜਿਹੜੀ ਹੈ ਰਿਲੀਜ਼ ਕਰਨ ਵਾਲੇ ਹੋ, 20 ਸਪਟੈਂਬਰ ਨੂੰ ਤੁਹਾਡੀ ਇਹ ਮੂਵੀ ਰਿਲੀਜ਼ ਹੋ ਰਹੀ ਹੈ, ਕੁਛ ਖਾਸ ਤੁਸੀਂ ਇਸ ਬਾਰੇ ਕੁਛ ਸਾਨੂੰ ਜਾਣਕਾਰੀ ਦੇਣਾ ਚਾਹੋਗੇ? ਇੰਸਪੀਰੇਸ਼ਨ ਕਹਿੰਦੇ ਆ ਨਾ ਕਿ ਕੋਈ ਵੀ ਆਈਡੀਆ ਜਿਹੜਾ ਹੈ ਉਹ ਚੱਲਦੇ ਫਿਰਦੇ ਵੀ ਆ ਜਾਂਦਾ ਹੁੰਦਾ, ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਕਿਤਾਬ ਲੈ ਕੇ ਟੇਬਲ 'ਤੇ ਬਹਿਣਾ ਹੈ। ਬਸ ਸਾਡਾ ਨਿੱਕਾ ਜਿਹੜੀ ਸੀਰੀਜ਼ ਹੈ ਥਰਡ ਹੁਣ ਰੈਡੀ ਹੈ, ਥਰਡ ਦੇ ਵਿੱਚ ਤੁਸੀਂ ਟ੍ਰੇਲਰ ਦੇਖਿਆ ਹੀ ਹੈ, ਕੁਛ ਡਿਫਰੈਂਟ ਇੱਕ ਕੰਸੈਪਟ ਹੈ, ਡਿਫਰੈਂਟ ਇੱਕ ਕਹਾਣੀ ਦਾ ਥੋੜ੍ਹਾ ਜਿਹਾ ਮੋੜ ਹੈ, ਵੀ ਭੂਤ ਆ ਗਿਆ ਇਸ ਵਿੱਚ ਉਹਦੇ ਆ ਜਾਂਦੀ ਹੈ ਨਾ, ਉਹ ਚੀਜ਼ਾਂ ਤੁਸੀਂ ਦੇਖੀਆਂ ਹੋਣਗੀਆਂ ਫਿਲਮਾਂ ਦੇ ਵਿੱਚ, ਥੋੜ੍ਹਾ ਸੀਰੀਅਸ ਤਰੀਕੇ ਨਾਲ ਵੀ ਟੈਨਸ਼ਨ ਹੋ ਗਈ ਵੀ ਉਹਦੇ ਅੰਦਰ ਕੋਈ ਆਤਮਾ ਆ ਗਈ, ਪਰ ਇਹਦੇ 'ਚ ਅਸੀਂ ਆਊਟ ਐਂਡ ਆਊਟ ਕੌਮੇਡੀ ਰੱਖਿਆ ਹੈ। ਹਾਂ, ਸਿਚੁਏਸ਼ਨ ਕੌਮੇਡੀ, ਫੁੱਲ ਔਨ ਮੈਡਨੈਸ ਹੈ, ਮਤਲਬ ਪਾਗਲ ਪਾਗਲਪਨ ਹੈ ਫਿਲਮ ਦੇ ਵਿੱਚ, ਮਤਲਬ ਤੁਸੀਂ ਹਰ ਸੀਨਾਂ ਦੇ ਉੱਤੇ ਤੁਹਾਨੂੰ ਐਂ ਲੱਗੇਗਾ ਕਿ ਵਾਕਿਆ ਪਾਗਲਾਂ ਵਾਲੀਆਂ ਗੱਲਾਂ ਕਰ ਰਹੇ ਨੇ, ਤਾਂ ਐਜ ਆਫ ਕੌਮੇਡੀ ਹੈ, ਮਤਲਬ ਬਹੁਤ ਇਹ ਚੀਜ਼ਾਂ ਹੈਗੀਆਂ ਨੇ, ਔਰ ਪਰਮਾਤਮਾ ਸਕਸੈਸ ਕਰਦਾ ਇਸ ਫਿਲਮ ਨੂੰ, ਤਾਂ ਅਸੀਂ ਅੱਗੇ ਇਸ ਸੀਰੀਜ਼ ਨੂੰ ਫਿਰ ਵਧਾਉਣ ਦੀ ਕੋਸ਼ਿਸ਼ ਕਰਾਂਗੇ, ਅਤੇ ਮੈਨੂੰ ਲੱਗਦਾ ਕਿ ਸਾਰੇ ਲੋਕ ਵੇਟ ਕਰ ਰਹੇ ਨੇ ਫਿਲਮ ਦੀ, ਕਾਫੀ ਉਹਨਾਂ ਨੂੰ ਅਟਰੈਕਸ਼ਨ ਆ ਨਿੱਕਾ 3 ਦੀ, ਪਹਿਲਾ ਪੰਜਾਬੀ ਇੰਡਸਟਰੀ ਦਾ ਪਾਰਟ 3 ਬਣਿਆ,
ਤਾਂ ਕਾਫੀ ਅਟਰੈਕਸ਼ਨ ਹੈਗੀ ਆ ਤੇ ਜ਼ਰੂਰ ਲੋਕ ਅੱਛਾ ਰਿਸਪੌਂਸ ਦੇਣਗੇ। ਠੀਕ ਹੈ, ਤੁਸੀਂ ਸੀਰੀਜ਼ ਦੀ ਗੱਲ ਕਰੀ ਤਾਂ ਅਗਰ ਅਸੀਂ ਗੱਲ ਕਰੀਏ ਨੈੱਟਫਲਿਕਸ ਅਤੇ ਐਮਾਜ਼ੋਨ ਦੀ, ਉਹ ਵੀ ਕਾਫੀ ਸੀਰੀਜ਼ ਵੀ ਚਲਾਉਂਦੇ ਨੇ, ਅਤੇ ਕੀ ਉਹਨਾਂ ਨੂੰ ਦੇਖ ਕੇ ਤੁਹਾਡਾ ਕਦੇ ਖਿਆਲ ਆਇਆ ਕਿ ਤੁਸੀਂ ਉਸ ਵੱਲ ਵੀ ਜਾਓ? ਨਹੀਂ, ਮੈਨੂੰ ਬਹੁਤ ਸਾਰੀਆਂ ਆਫਰ ਹੋ ਚੁੱਕੀਆਂ ਨੈੱਟਫਲਿਕਸ ਦੀਆਂ, ਟਾਈਮਸ ਆਫ ਇੰਡੀਆ ਦੀਆਂ, ਹੋਰ ਵੀ ਦੋ ਤਿੰਨ। ਮੈਂ ਨਹੀਂ ਕਰਦਾ, ਮੈਨੂੰ ਇੰਟਰਸਟ ਘੱਟ ਹੈ ਇਸ ਵੈਬ ਸੀਰੀਜ਼ ਦੇ ਵਿੱਚ, ਅਤੇ ਕਿਉਂਕਿ ਉਹ ਟਾਈਮ ਟੇਕਿੰਗ ਨੇ ਔਰ ਉਹਨਾਂ ਅਸੀਂ ਨਹੀਂ ਕਰ ਸਕਦੇ। ਮੈਨੂੰ ਫਿਲਮ 'ਚ ਜ਼ਿਆਦਾ ਇੰਟਰਸਟ ਆਈ, ਐਮ ਹੈਪੀ ਆਪਣੇ ਮਤਲਬ ਕੰਮ ਦੇ ਵਿੱਚ, ਅਤੇ ਕਾਫੀ ਸਾਰੀਆਂ ਬਣਦੀਆਂ ਨੇ, ਵਧੀਆ ਦੇਖੀ ਦੀਆਂ ਨੇ, ਪਰ ਅਜੇ ਮੈਂ ਨਹੀਂ ਕਰ ਰਿਹਾ ਕੋਈ। ਤੁਹਾਡੇ ਕੁਝ ਅਪਕਮਿੰਗ ਪ੍ਰੋਜੈਕਟਸ ਜਿਹੜੇ ਆਉਣ ਵਾਲੇ ਨੇ, ਜਿਵੇਂ ਡੱਡੂ ਬੱਸੀ ਹੋ ਗਿਆ, ਟੈਲੀਵਿਜ਼ਨ ਹੈ ਮੇਰੇ, ਉਹ ਹੋਮ ਪ੍ਰੋਡਕਸ਼ਨ ਨੇ, ਉਹ ਮੈਂ ਡਾਇਰੈਕਟ ਨਹੀਂ ਕੀਤੀਆਂ, ਮੇਰੇ ਪ੍ਰੋਡਿਊਸ ਕੀਤੀਆਂ ਦੋ ਫਿਲਮਾਂ ਨੇ ਜਿਹੜੀਆਂ ਕਿ ਮਤਲਬ ਨੈਕਸਟ ਈਅਰ ਜਾਂ ਇਸ ਸਾਲ ਦੇ ਐਂਡ 'ਚ ਆ ਜਾਣਗੀਆਂ, ਟੈਲੀਵਿਜ਼ਨ ਔਰ ਲੱਡੂ ਬਰਫੀ। ਔਰ ਬਾਕੀ ਮੇਰੀ ਐਜ਼ ਏ ਡਾਇਰੈਕਟਰ ਜਿਹੜੀ ਅੱਜ ਸ਼ੂਟ ਹੋ ਚੁੱਕੀ ਹੈ ਫਿਲਮ ਡੈਡੀ ਕੂਲ ਮੁੰਡੇ ਫੁੱਲ ਪਾਰਟ 2, ਤਾਂ ਨੈਕਸਟ ਈਅਰ ਉਹ ਵੀ ਦਰਸ਼ਕਾਂ ਦੇ ਸਾਹਮਣੇ ਆਏਗੀ। ਬਹੁਤ ਖੂਬ, ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਹ ਚੀਜ਼ਾਂ ਲਈ, ਅਤੇ ਤੁਸੀਂ ਅੱਗੇ ਇੱਦਾਂ ਹੀ ਵੱਧਦੇ ਰਹੋ। ਕੁਛ ਕੁਛ ਇੱਦਾਂ ਦਾ ਸਾਡੇ ਦਰਸ਼ਕਾਂ ਨੂੰ ਦੱਸਣਾ ਪਾਓ, ਜਿਵੇਂ ਸੋਸ਼ਲ ਮੀਡੀਆ ਦਾ ਜਿਹੜਾ ਹੈ ਅੱਜ ਕੱਲ੍ਹ ਬਹੁਤ ਇਨਫਲੂਐਂਸ ਹੈ ਦਰਸ਼ਕਾਂ ਦੇ ਉੱਤੇ, ਲੋਕਾਂ ਦੇ ਉੱਤੇ, ਅਤੇ ਕੁਛ ਇੱਦਾਂ ਦਾ ਇਨਫਲੂਐਂਸ ਜਿਹੜਾ ਹੈ ਫਿਲਮ ਇੰਡਸਟਰੀ ਦੇ ਉੱਤੇ ਵੀ ਹੈ, ਕਿਉਂਕਿ ਕਾਫੀ ਚੀਜ਼ ਜਿਹੜੀ ਹੈ ਲੀਕ ਹੋ ਜਾਂਦੀ ਹੈ, ਅਤੇ ਉਹ ਡਾਇਰੈਕਟਰ ਪ੍ਰੋਡਿਊਸਰ ਇੰਨੀ ਮਿਹਨਤ ਕਰਦੇ ਨੇ, ਅਤੇ ਉਹ ਜਦੋਂ ਚੀਜ਼ ਨੂੰ ਆਨਲਾਈਨ ਕਰ ਦਿੱਤਾ ਜਾਂਦਾ ਹੈ, ਅਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਸਟਰਗਲ ਫੇਸ ਕਰਨੀ ਪੈਂਦੀ ਹੈ ਬੀਇੰਗ ਆਰਟਿਸਟ ਐਂਡ ਡਾਇਰੈਕਟਰ? ਦੇਖੋ, ਬਹੁਤ ਪ੍ਰੋਬਲਮ ਆਉਂਦੀ ਹੈ ਜਦੋਂ ਤੁਹਾਡੀ ਕੋਈ ਚੀਜ਼ ਵੈਬ 'ਤੇ ਜਲਦੀ ਆ ਜਾਵੇ ਔਰ ਬਹੁਤ ਜਲਦੀ ਫੈਲ ਜਾਂਦੀ ਹੈ, ਪਰ ਫਿਰ ਵੀ ਹੁਣ ਪਹਿਲਾਂ ਨਾਲੋਂ ਕਾਫੀ ਕੰਟਰੋਲ ਆ। ਪਹਿਲਾਂ ਸੀਡੀਜ਼ ਮਾਰਕੀਟਸ ਫਿਲਮਾਂ ਦੀਆਂ ਵਿਕਦੀਆਂ 'ਤੇ ਆ ਜਾਂਦੀ ਸੀ, ਪਰ ਹੁਣ ਜਿੱਦਾਂ ਨੈੱਟਫਲਿਕਸ ਅਤੇ ਐਮਾਜ਼ੋਨ ਆਏ ਨੇ, ਇਹਨਾਂ ਨੇ ਖਰੀਦਣੀ ਹੁੰਦੀ ਹੈ ਫਿਲਮ ਨੈਕਸਟ ਡਿਜੀਟਲ ਵਾਸਤੇ, ਅਤੇ ਇਹ ਹੁਣ ਜਦੋਂ ਫਿਲਮ ਨੂੰ ਅਗਰ ਰਿਲੀਜ਼ ਤੋਂ ਪਹਿਲਾਂ ਖਰੀਦ ਲੈਂਦੇ ਤਾਂ ਇਹ ਆਪ ਵੀ ਵਾਚ ਰੱਖਦੇ ਕਿ ਸਾਡੀ ਜਿਹੜੀ ਖਰੀਦੀ ਹੋਈ ਫਿਲਮ ਨੈੱਟ 'ਤੇ ਨਾ ਆਵੇ, ਔਰ ਇਹ ਚੀਜ਼ ਨੂੰ ਮਤਲਬ ਕੰਟਰੋਲ ਕਰਨਾ ਬੜਾ ਈਜ਼ੀ ਹੈ। ਜਿੰਨੀ ਵੀ ਮਤਲਬ ਡਿਜੀਟਲ ਦੇ ਉੱਤੇ ਚੀਜ਼ਾਂ ਆਉਂਦੀਆਂ ਨੇ, ਤਾਂ ਜਿਹੜੇ ਡਿਜੀਟਲ ਕੰਮ ਕਰਦੇ ਰੋਕ ਸਕਦੇ ਨੇ, ਤਾਂ ਹੁਣ ਸਾਨੂੰ ਬੈਨੀਫਿਟ ਹੋ ਰਿਹਾ ਕਿ ਐਮਾਜ਼ੋਨ ਔਰ ਨੈੱਟਫਲਿਕਸ ਦਾ ਇਸ ਤਰ੍ਹਾਂ ਦੇ ਹੋਰ ਬੜੇ ਪਲੇਟਫਾਰਮ ਜਿਹੜੇ ਹੈਗੇ ਨੇ ਉਹ ਖਰੀਦ ਲੈਂਦੇ, ਫਿਲਮ ਨਾਲ ਜੁੜ ਜਾਂਦੇ ਨੇ ਫਸਟ ਪਾਰਟ ਤੋਂ, ਫਸਟ ਦਿਨ ਪਹਿਲੇ ਦਿਨ ਤੋਂ, ਤਾਂ ਉਹ ਆਪਣੀ ਚੀਜ਼ ਨੂੰ ਰੋਕ ਕੇ ਰੱਖਦੇ, ਤਾਂ ਹੁਣ ਪਹਿਲਾਂ ਨਾਲੋਂ ਘੱਟ ਪੈ ਰਹੇ ਸੀ ਦੇ ਚਾਂਸਿਸ ਨੇ, ਅਤੇ ਹੁੰਦੀ ਹੈ ਪਰ ਕਾਫੀ ਘੱਟ ਗਈ, ਕਾਫੀ ਘੱਟ ਗਈ। ਹਾਂ, ਠੀਕ ਹੈ, ਹੁਣ ਮੈਂ ਤੁਹਾਡਾ ਜਿਹੜਾ ਹੈ ਰੈਪਿਡ ਫਾਇਰ ਰਾਊਂਡ ਲੈਣਾ ਚਾਹਾਂਗੀ, ਅਤੇ ਛੋਟੇ ਛੋਟੇ ਕੁਐਸਚਨ ਹੋਣਗੇ ਜਿਹੜੇ ਤੁਸੀਂ ਫਟਾਫਟ ਉਹਨਾਂ ਦਾ ਜਵਾਬ ਦੇਣਾ, ਤਾਂ ਕਿ ਸਾਡਾ ਪ੍ਰੋਗਰਾਮ ਹੋਰ ਵੀ ਇੰਟਰਸਟਿੰਗ ਬਣੇ, ਅਤੇ ਇਹ ਬਹੁਤ ਪਿਆਰੇ ਪਿਆਰੇ ਜਿਹੜੇ ਨੇ ਕੁਐਸਚਨਸ ਨੇ। ਤੁਹਾਡੀ ਫੇਵਰੇਟ ਸਮਰ ਐਕਟੀਵਿਟੀ ਕੀ ਹੈ? ਬੜੀ ਬਸ ਫਿਲਮਾਂ ਦੇਖਣਾ ਬੈਠ ਕੇ ਸਾਰੇ ਸੀਜ਼ਨ। ਬੀਇੰਗ ਡਾਇਰੈਕਟਰ ਤੁਹਾਨੂੰ ਉਹ ਕਰਨਾ ਜ਼ਰੂਰੀ ਵੀ ਹੈ, ਬਿਲਕੁਲ, ਹਰ ਚੀਜ਼ ਨੂੰ ਐਨਾਲਾਈਜ਼ ਕਰਨਾ ਕਰੋ, ਬਿਲਕੁਲ। ਹਾਂ, ਤੇ ਕੁਝ ਇਹੀ ਜੀ ਸਟ੍ਰੇਂਜ ਚੀਜ਼ ਜਿਹੜੀ ਤੁਸੀਂ ਖਾਧੀ ਹੋਵੇ, ਤੁਸੀਂ ਸੋਚਿਆ ਹੋਵੇ ਕਿ ਨਹੀਂ ਇਹਨੂੰ ਦੁਬਾਰਾ ਟੇਸਟ ਕਰਨਾ ਚਾਹੀਦਾ, ਕੁਝ ਇਦਾਂ ਦਾ, ਚਾਹੇ ਉਹ ਪੰਜਾਬ ਦਾ ਸਾਗ ਰੋਟੀ ਹੋਵੇ, ਚਾਹੇ ਉਹ ਕੋਈ ਹੋਰ ਕਿਸੇ, ਕਿਉਂਕਿ ਡਾਇਰੈਕਟਰ ਹੋ ਤੁਸੀਂ ਤਾਂ ਫਿਲਮ ਸ਼ੂਟ ਕਰਨ ਲਈ ਡਿਫਰੈਂਟ ਡਿਫਰੈਂਟ ਲੋਕੇਸ਼ਨਸ ਤੁਸੀਂ ਆਜ਼ਮਾਉਂਦੇ ਹੋ, ਤੇ ਉੱਥੇ ਫਿਰ ਉੱਥੇ ਦਾ ਖਾਣਾ ਤੁਸੀਂ ਹਰ ਜਗ੍ਹਾ ਤਾਂ ਹੁੰਦੀਆਂ ਚੀਜ਼ਾਂ, ਹੁਣ ਨਾਮ ਕਈ ਵਾਰੀ ਭੁੱਲ ਜਾਂਦੇ ਨੇ, ਜਿੱਥੇ ਵੀ ਜਾਈਦਾ, ਜਿਹੜੀ ਵੀ ਕੰਟਰੀ ਜਾਂ ਕਿਸੇ ਸਟੇਟ ਦੇ ਵਿੱਚ ਜਾਈਦਾ, ਉੱਥੋਂ ਦਾ ਫੂਡ ਟਰਾਈ ਕਰਨ ਦੀ ਕੋਸ਼ਿਸ਼ ਕਰੀ ਦੀ ਹੈ, ਅਤੇ ਬਹੁਤ ਸਾਰੇ ਹੈਗੇ ਨੇ ਇਹੋ ਜਿਹੀਆਂ ਚੀਜ਼ਾਂ, ਸਾਊਥ ਦੀਆਂ ਤਾਂ ਸਾਊਥ 'ਚ ਵੀ ਇੰਟਰਸਟ ਹੁੰਦਾ ਵੀ ਯਾਰ ਨਹੀਂ ਬਹੁਤ ਅੱਛਾ, ਤਾਂ ਆਪਣਾ ਫੂਡ ਵੀ ਵਧੀਆ, ਉਹਨਾਂ ਦਾ ਹਰ ਸਟੇਟ ਦਾ ਹਰ ਕੰਟਰੀ ਦਾ ਆਪਣੀ ਜਗ੍ਹਾ ਸਟੈਪ ਵਧੀਆ ਫੂਡ ਹੁੰਦਾ, ਤਾਂ ਜ਼ਰੂਰ ਮਨ ਕਰਦਾ, ਪਰ ਨਾਮ ਕਈ ਵਾਰੀ ਚੀਜ਼ਾਂ ਦੇ ਭੁੱਲ ਜਾਂਦੇ ਆ, ਪਰ ਕਿਹੜੇ। ਵੈਸੇ ਤੁਸੀਂ ਆਈਡੀਆ ਸਾਨੂੰ ਦੇ ਦਿੱਤਾ ਕਿ ਤੁਹਾਨੂੰ ਸਾਊਥ ਇੰਡੀਅਨ ਫੂਡ ਬੜਾ ਪਸੰਦ ਹੈ, ਅਤੇ ਅੱਛਾ ਇੱਕ ਚੀਜ਼, ਅਗਰ ਤੁਸੀਂ ਕਿਸੇ ਟਾਈਮ ਤੁਹਾਨੂੰ ਮੌਕਾ ਮਿਲਿਆ ਕਿ ਤੁਸੀਂ ਸੁਪਰ ਹੀਰੋ ਬਣਨ ਦਾ ਮੌਕਾ ਮਿਲਿਆ, ਕਿ ਕੁਛ ਰੂਹਾਨੀ ਤਾਕਤ ਨੇ ਤੁਹਾਨੂੰ ਸੁਪਰ ਹੀਰੋ ਬਣਾਇਆ, ਤਾਂ ਤੁਸੀਂ ਪਹਿਲੀ ਪਾਵਰ ਕੀ ਲੈਣਾ ਚਾਹੋਗੇ? ਮੈਂ ਪਹਿਲੀ ਪਾਵਰ ਇਹ ਲੈਣਾ ਕਿ ਜਿੰਨਾ ਵੀ ਸਾਡਾ ਜਿਹੜਾ ਫਿਲਮ ਮੀਡੀਆ ਦੇ ਉੱਤੇ ਜਾਂ ਡਿਜੀਟਲ ਦੇ ਉੱਤੇ ਸਾਡੀਆਂ ਫਿਲਮਾਂ ਵਾਇਰਲ ਹੁੰਦੀਆਂ ਜਾਂ ਇਹ ਲੀਕ ਹੁੰਦੀਆਂ ਨੇ, ਵੀ ਮੈਂ ਕਿਸੇ ਤਰੀਕੇ ਨਾਲ ਬੰਦ ਕਰਦਾ। ਬਹੁਤ ਅੱਛੀ ਸੋਚ ਹੈ ਤੁਹਾਡੀ, ਬਹੁਤ ਵਧੀਆ, ਬਲਕਿ ਇਹ ਸਿਰਫ ਤੁਹਾਡਾ ਫਾਇਦਾ ਨਹੀਂ ਹੈ, ਇਹਦੇ ਵਿੱਚ ਸਾਰਿਆਂ ਦਾ ਫਾਇਦਾ, ਸਾਰੇ ਆਰਟਿਸਟ ਦਾ ਫਾਇਦਾ। ਅੱਛਾ, ਕੁਝ ਇਹ ਜੀ ਚੀਜ਼ ਜਿਹੜਾ ਤੁਸੀਂ ਜਿਸ ਦੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ, ਲਾਈਕ ਘਰੋਂ ਹੀ ਨਹੀਂ ਨਿਕਲ ਸਕਦੇ, ਕਿ ਇਹ ਚੀਜ਼ ਤਾਂ ਮੈਨੂੰ ਅਰਜੈਂਟਲੀ ਚਾਹੀਦੀ ਹੈ, ਕਿ ਮੈਂ ਇਸ ਤੋਂ ਬਿਨਾਂ ਆਪਣੇ ਘਰ ਤੋਂ ਬਾਹਰ ਕਦਮ ਹੀ ਨਹੀਂ ਰੱਖ ਸਕਦਾ? ਨਹੀਂ, ਇਸ ਤਰ੍ਹਾਂ ਦੀ ਨਹੀਂ, ਕਿਸੇ ਨਾ ਕਿਸੇ ਚੀਜ਼ ਨੂੰ ਤਾਂ ਕਦੇ ਨਾ ਕਦੇ ਆਦਮੀ ਭੁੱਲ ਜਾਂਦਾ, ਪਰ ਸਾਰੀਆਂ ਚੀਜ਼ਾਂ ਮੋਸਟਲੀ ਕੈਰੀ ਕਰੀਦੀਆਂ ਹੀ ਆ, ਪਰ ਕੁਛ ਇਹੋ ਜਿਹਾ ਹੈ ਨਹੀਂ ਹੈ ਕਿ ਜਿਹੜਾ ਜਦੋਂ ਬਾਹਰ ਨਿਕਲਦੇ ਹਾਂ ਮਿਸ, ਇਹ ਹੋ ਸਕਦਾ ਕਿ ਜਿਹੜੇ ਤੁਹਾਡੇ
ਪਰਸ ਹੈ, ਕ੍ਰੈਡਿਟ ਕਾਰਡ, ਡਰਾਈਵਿੰਗ ਲਾਇਸੈਂਸ, ਉਹ ਨਹੀਂ ਰਹਿਣਾ ਚਾਹੀਦਾ, ਬਹੁਤ ਸਾਰਾ ਹੋ ਚੁੱਕੇ ਨੇ, ਕੋਈ ਸ਼ਾਪਿੰਗ ਕਰਨ ਨੂੰ ਵੀ ਮੌਕਾ ਨਹੀਂ ਮਿਲਦਾ, ਫਿਰ ਕਾਰਡਸ ਖੜੇ ਰਹਿ ਜਾਂਦਾ। ਅੱਛਾ ਇੱਕ ਗੱਲ ਜੋ ਤੁਸੀਂ ਆਪਣੇ ਆਪ 'ਚ ਚੇਂਜ ਕਰਨਾ ਚਾਹੁੰਦੇ ਹੋ, ਅਗਰ ਤੁਹਾਨੂੰ ਮੌਕਾ ਮਿਲੇ ਕਿ ਤੁਸੀਂ ਖੁਦ 'ਚ ਇਹ ਤਬਦੀਲੀ ਲੈਣਾ ਚਾਹੁੰਦੇ ਹੋ? ਵੈਸੇ ਤਾਂ ਮੈਂ ਜਦੋਂ ਵੀ ਮੈਨੂੰ ਲੱਗਦਾ ਕਿ ਮੇਰੇ 'ਚ ਆਹ ਬੁਰੀ ਆਦਤ ਆ ਗਈ ਹੈ, ਕਈ ਵਾਰੀ ਕੁਛ ਛੋਟੇ ਮੋਟੇ ਕੁਛ ਬੈਠਣ ਦੇ, ਐਟੀਕੇਟਸ ਖਾਣ ਦੇ ਜਾਂ ਗੱਲ ਕਰਨ ਦਾ, ਤਾਂ ਉਹਨੂੰ ਮੈਂ ਜ਼ਰੂਰ ਰਿਕਵਰ ਕਰਦਾ, ਸੁਧਾਰਦਾ ਰਹਿੰਦਾ। ਅਤੇ ਉਸੇ ਤਰ੍ਹਾਂ ਹੀ ਆ ਜਿਵੇਂ ਸਾਰੇ ਅੱਛਾ ਮਤਲਬ ਕਹਿੰਦੇ ਮਿਸਟਰ ਕੂਲ ਵਧੀਆ ਤਰੀਕੇ ਨਾਲ ਰਹਿੰਦੇ ਨੇ, ਕਦੇ ਕਦੇ ਸੋਚਦਾ ਵੀ ਗੁੱਸਾ ਕਰਕੇ ਦੇਖ। ਵੈਸੇ ਮਿਸਟਰ ਕੂਲ ਦੇ ਨਾਲ ਨਾਲ ਇਹਨਾਂ ਦੀ ਇੱਕ ਹੋਰ ਟਰਮ ਵੀ ਆ ਗਈ ਇਹਨਾਂ ਦੇ ਨਾਲ, ਕਿਉਂਕਿ ਉਹ ਮਿਸਟਰ ਪਰਫੈਕਸ਼ਨਿਸਟ ਹੈ, ਕਿਉਂਕਿ ਇਹ ਮਤਲਬ ਲੱਗਦਾ ਆਮਿਰ ਖਾਨ ਦਾ ਵੀ ਟੈਗ ਲੈਣ ਵਾਲੇ ਹੈ, ਕਿਉਂਕਿ ਹਰ ਚੀਜ਼ 'ਚ ਇਹਨਾਂ ਨੂੰ ਪਰਫੈਕਸ਼ਨ ਚਾਹੀਦੀ ਹੈ, ਚਾਹੇ ਉਹ ਕੋਈ ਫਰੇਮ ਹੋਵੇ, ਚਾਹੇ ਕੋਈ ਸ਼ਾਟ ਹੋਵੇ, ਜਾਂ ਐਕਟਰ ਦੀ ਐਕਟਿੰਗ ਹੋਵੇ। ਬਿਲਕੁਲ, ਇਹ ਸਹੀ ਗੱਲ ਹੈ। ਤੇ ਕੁਝ ਜੇ ਤੁਸੀਂ ਡਾਇਰੈਕਟਰ ਨਾ ਹੁੰਦੇ ਫਿਰ ਤੁਸੀਂ ਕੀ ਹੁੰਦੇ? ਫਿਰ ਡਾਕਟਰ ਵੀ ਹੋ ਸਕਦਾ, ਵਕੀਲ ਵੀ ਹੋ ਸਕਦਾ, ਜਾਂ ਦੁਕਾਨਦਾਰ ਵੀ ਹੋ ਸਕਦਾ ਸੀ, ਕਿਉਂਕਿ ਕਈ ਵਾਰ ਬੰਦਾ ਇਹ ਲੈ ਕੇ ਚੱਲਦਾ, ਇੱਕ ਆਪਸ਼ਨ ਲੈ ਕੇ ਚੱਲਦਾ ਕਿ ਅਗਰ ਮੈਨੂੰ, ਮੈਂ ਮੁੰਬਈ ਤਾਂ ਜਾ ਰਿਹਾ ਪਰ ਅਗਰ ਮੈਨੂੰ ਉਹਨਾਂ ਦੀ ਓਪਰਚੁਨਿਟੀ ਨਾ ਮਿਲੀ ਤਾਂ ਇੱਕ ਸਾਈਡ ਆਪਸ਼ਨ ਵੀ ਰੱਖਣਾ ਜ਼ਰੂਰੀ ਹੁੰਦਾ। ਨਹੀਂ, ਮੈਂ ਕਦੇ ਸੋਚਿਆ ਨਹੀਂ, ਸਿੰਗਲ ਤੇ ਤੁਸੀਂ ਟੋਟਲੀ ਫੋਕਸ ਫੋਕਸ ਸੀ, ਬਿਲਕੁਲ ਇੱਕੋ ਚੀਜ਼ ਤੇ। ਤੁਸੀਂ ਲਾਸਟ ਮੂਵੀ ਕਿਹੜੀ ਦੇਖੀ? ਵੈਸੇ ਡਾਇਰੈਕਟਰ ਤੋਂ ਇਹਦਾ ਪੁੱਛਣਾ ਸਫੀਸ਼ੀਐਂਟ ਨਹੀਂ ਹੈ, ਕਿਉਂਕਿ ਡਾਇਰੈਕਟਰ ਤਾਂ ਹਮੇਸ਼ਾ ਆਪਣੀ ਮੂਵੀ ਵੀ ਡਿਜ਼ਾਈਨ ਕਰਦੇ ਕਰਦੇ ਦੇਖਦੇ ਰਹਿੰਦੇ, ਪਰ ਫਿਰ ਵੀ ਕਈ ਵਾਰ ਉਹਨਾਂ ਨੂੰ ਖੁਦ ਵੀ ਟਾਈਮ ਮਿਲਦਾ ਕਿ ਉਹ ਮੂਵੀਜ਼ ਦੇਖ ਸਕਣ। ਬਿਲਕੁਲ, ਇੱਕ ਵਾਰ ਦੱਸੋ ਕਿ ਲਾਸਟ ਮੂਵੀ ਕਿਹੜੀ ਦੇਖੀ? ਕਾਫੀ ਸ਼ਡਿਊਲ ਬਿਜ਼ੀ ਰਹਿੰਦਾ, ਦੇਖੀ ਨਹੀਂ ਮੈਂ, ਜਸਟ 2 ਦਿਨ ਪਹਿਲਾਂ ਜੇ ਬੰਬੇ ਤੋਂ ਆ ਕੇ ਆਪਦਾ ਕੰਮ ਖਤਮ ਕਰਕੇ ਸੈਕਸ਼ਨ 375 ਦੇਖੀ ਲਾਸਟ ਅਜੇ, ਅਤੇ ਅੱਗੇ ਹੋਰ ਵੀ ਪੈਂਡਿੰਗ ਪਈਆਂ ਸਾਰੀਆਂ ਦੇਖਣ ਵਾਲੀਆਂ, ਕਿਉਂਕਿ ਬਿਜ਼ੀ ਸਕੈਜੂਲ ਸੀ, ਸ਼ੂਟ ਸੀਗਾ, ਫਿਰ ਪੋਸਟ ਸੀਗੀ, ਅਤੇ ਹੁਣ ਦੇਖਾਂਗੇ ਸਾਰੀਆਂ। ਪਰ ਫਿਰ ਵੀ ਆਪਣੀ ਫੇਵਰੇਟ ਮੂਵੀਜ਼ ਦੇਖਣ ਲਈ ਟਾਈਮ ਜ਼ਰੂਰ ਨਿਕਾਲੋ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਤੁਸੀਂ ਇੱਥੇ ਆਏ, ਅਤੇ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ, ਅਤੇ ਅਸੀਂ ਰੱਬ ਨੂੰ ਦੁਆਵਾਂ ਕਰਦੇ ਹਾਂ ਕਿ ਤੁਹਾਡੀ ਹਰੇਕ ਤਮੰਨਾ ਅਤੇ ਜਿਹੜੀ ਵੀ ਤੁਹਾਡੀ ਅੱਗੇ ਖੁਆਇਸ਼ ਹੈ ਕੁਛ ਕੰਪਲੀਟ ਕਰਨ ਦੀ ਅੱਗੇ, ਉਹ ਰੱਬ ਪੂਰੀ ਕਰੇ। ਥੈਂਕ ਯੂ ਵੈਰੀ ਮੱਚ, ਥੈਂਕ ਯੂ। ਅਤੇ ਦੋਸਤੋ, ਅਗਲੀ ਵਾਰ ਫਿਰ ਇੱਕ ਹੋਰ ਨਵੇਂ ਸ਼ਖਸ ਨਾਲ ਅਸੀਂ ਰੂਬਰੂ ਹੋਵਾਂਗੇ, ਤਦੋਂ ਤੱਕ ਮੈਨੂੰ ਦਿਓ ਇਜਾਜ਼ਤ, ਧੰਨਵਾਦ। ਅਤੇ ਜਾਣ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗੀ ਕਿ ਨਿੱਕਾ ਜੈਲਦਾਰ 3 20 September ਨੂੰ ਰਿਲੀਜ਼ ਹੋਣ ਵਾਲੀ ਹੈ, ਔਰ ਮੈਨੂੰ ਪਤਾ ਹੈ ਕਿ ਤੁਹਾਨੂੰ ਇਸਦੀ ਬਹੁਤ ਜ਼ਿਆਦਾ ਜਿਹੜੀ ਹੈ ਵੇਟ ਕਰ ਰਹੇ ਹੋ ਇਸ ਚੀਜ਼ ਨੂੰ, ਤਾਂ ਦੇਖਣਾ ਨਾ ਭੁੱਲਣਾ, ਆਪਣੇ ਨਜ਼ਦੀਕੀ ਥੀਏਟਰ 'ਚ ਜਾ ਕੇ ਇਸ ਮੂਵੀ ਨੂੰ ਜ਼ਰੂਰ ਦੇਖਿਓ, ਅਤੇ ਬੜੀ ਮਜ਼ੇਦਾਰ ਹੈ, ਕਿਉਂਕਿ ਜਿਵੇਂ ਸਿਮਰਜੀਤ ਸਿੰਘ ਨੇ ਸਾਡੇ ਨਾਲ ਸ਼ੇਅਰ ਕੀਤਾ ਕਿ ਇਹਨਾਂ ਨੂੰ ਖੁਦ ਹੀ ਡਾਇਰੈਕਟ ਕਰਦੇ ਕਰਦੇ ਬੜਾ ਮਜ਼ਾ ਆਇਆ ਉਸ ਮੂਵੀ ਨੂੰ, ਅਤੇ ਸਾਨੂੰ ਦੇਖਣ 'ਚ ਵੀ ਬਹੁਤ ਮਜ਼ਾ ਆਏਗਾ। ਇੰਜੋਏ ਕਰਨਾ, ਆਪਣਾ ਧਿਆਨ ਰੱਖਣਾ।